ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਡੀਡੀ ਪੰਜਾਬੀ ਦੇ ਇਸ ਮੰਚ 'ਤੇ ਸਟੂਡੀਓ ਦੇ ਵਿੱਚ। ਔਰ ਹਰ ਵਾਰ ਦੀ ਤਰ੍ਹਾਂ ਇੱਕ ਵੀਜ਼ਾ ਐਕਸਪਰਟ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਰਹਿੰਦੇ ਨੇ। ਹਰ ਵਾਰ ਕਿਸੇ ਨਾ ਕਿਸੇ ਵੱਖਰੇ ਮੁਲਕ ਦੇ ਉੱਤੇ ਸਟੱਡੀ ਵੀਜ਼ਾ ਨੂੰ ਲੈ ਕੇ ਕੀ ਆਪਸ਼ਨ ਨੇ ਉਹਦੇ ਬਾਰੇ ਚਰਚਾ ਕਰਨ ਦੇ ਲਈ। ਸੋ ਸਤਬੀਰ ਜੀ ਨੂੰ ਅਸੀਂ ਖਾਸ ਤੌਰ 'ਤੇ ਇਨਵਾਈਟ ਕੀਤਾ ਹੋਇਆ ਸਟੂਡੀਓ ਦੇ ਵਿੱਚ ਸਟੂਡੈਂਟ ਵਰਲਡ ਤੋਂ। ਸਟੂਡੈਂਟ ਵਰਲਡ ਉਹ ਕੰਪਨੀ ਜਿਹੜੇ ਹਰ ਇੱਕ ਮੁਲਕ ਦੇ ਸਟੱਡੀ ਵੀਜ਼ਾ ਦੇ ਨਾਲ ਡੀਲ ਕਰਦੀ ਹੈ। ਕੈਨੇਡਾ ਦੀ ਗੱਲ ਕਰ ਲਈਏ, ਚਾਹੇ ਆਸਟ੍ਰੇਲੀਆ ਦੀ ਗੱਲ ਕਰ ਲਈਏ, ਚਾਹੇ ਹੋਰਨਾਂ ਮੁਲਕਾਂ ਦੀ ਗੱਲ ਕਰ ਲਈਏ, ਪਰ ਇੱਕ 20-25 ਮਿੰਟ ਦੇ ਸ਼ੋਅ ਦੇ ਵਿੱਚ ਅਸੀਂ ਕੋਸ਼ਿਸ਼ ਕਰਦੇ ਹੁੰਦੇ ਕਿ ਇੱਕੋ ਮੁਲਕ ਦੇ ਬਾਰੇ ਤਫਸੀਲ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ, ਤਾਂ ਕਿ ਜਿਹੜਾ ਬੱਚਾ ਉਸ ਮੁਲਕ ਦੇ ਵਿੱਚ ਜਾਣਾ ਚਾਹੁੰਦਾ, ਲੈਟ ਅਸ ਸਪੋਜ਼ ਅੱਜ ਅਸੀਂ ਆਸਟ੍ਰੇਲੀਆ ਦੀ ਗੱਲ ਕਰਾਂਗੇ, ਜਿਹੜਾ ਬੱਚਾ ਆਸਟ੍ਰੇਲੀਆ ਪੜ੍ਹਾਈ ਕਰਨ ਜਾਣਾ ਚਾਹੁੰਦਾ ਹੈ, ਘੱਟੋ ਘੱਟ ਉਹਨੂੰ ਇਲਮ ਹੋ ਜੇ ਕਿ ਆਸਟ੍ਰੇਲੀਆ ਜਾਣ ਲਈ ਕੀ ਕੀ ਚਾਹੀਦਾ ਹੈ, ਕੀ ਕੀ ਪ੍ਰੋਫਾਈਲ ਹੋਣਾ ਚਾਹੀਦਾ ਹੈ, ਆਸਟ੍ਰੇਲੀਆ ਕਿਹੜੇ ਕੋਰਸ ਵਿੱਚ ਜਾਇਆ ਜਾ ਸਕਦਾ, ਕਿਹੜੀ ਯੂਨੀਵਰਸਿਟੀ 'ਚ ਜਾਇਆ ਜਾ ਸਕਦਾ ਹੈ, ਕੀ ਬੈਂਡ ਸਕੋਰ ਚਾਹੀਦਾ ਹੈ, ਕਿੰਨੇ ਕੁ ਫੰਡ ਚਾਹੀਦੇ ਨੇ, ਇਹਨਾਂ ਗੱਲਾਂ 'ਤੇ ਚਰਚਾ ਕਰਾਂਗੇ ਅੱਜ ਸਟੂਡੈਂਟ ਵਰਲਡ ਤੋਂ ਸਤਬੀਰ ਜੀ ਦੇ ਨਾਲ। ਸਤਬੀਰ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਵੈਰੀ ਮੱਚ। ਪ੍ਰੋਗਰਾਮ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਜੀ। ਸੋ ਸਤਬੀਰ ਜੀ, ਕਾਫੀ ਸਮੇਂ ਤੋਂ ਤੁਸੀਂ ਇਸ ਮਾਰਕੀਟ ਨੂੰ ਡੀਲ ਕਰ ਰਹੇ ਹੋ, ਬੱਚਿਆਂ ਨੂੰ ਬਾਹਰ ਭੇਜ ਰਹੇ ਹੋ ਸਟੂਡੈਂਟ ਵੀਜ਼ਾ 'ਤੇ ਜੀ ਜੀ, ਆਸਟ੍ਰੇਲੀਆ ਨੂੰ ਲੈ ਕੇ ਵੀ ਮੁਹਾਰਤ ਰੱਖਦੇ ਹੋ ਜੀ, ਕੀ ਮੰਨਦੇ ਹੋ ਕਿ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਦਾ ਪ੍ਰੋਫਾਈਲ ਅੱਜ ਦੀ ਡੇਟ ਦੇ ਵਿੱਚ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਸੁਖਾਲੇ ਵੀਜ਼ੇ ਮਿਲ ਜਾਣ ਜੀ? ਦੇਖੋ, ਪਹਿਲੀ ਗੱਲ ਇਹ ਹੈ ਕਿ ਜੇ ਆਪਾਂ ਇੱਕ ਗੱਲ ਕਹੀਏ ਵੀ ਵੀਜ਼ਾ ਸੁਖਾਲਾ ਮਿਲ ਜਾਵੇ, ਵੀਜ਼ਾ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਆਪਾਂ ਨੂੰ ਕੋਈ ਮੁਸ਼ਕਲਾਂ 'ਚੋਂ ਲੰਘ ਕੇ ਮਿਲੂਗਾ ਜਾਂ ਬਹੁਤ ਆਸਾਨ ਨਾਲ ਮਿਲ ਜੂਗਾ। ਇਹ ਇੱਕ ਚੀਜ਼ ਵਾਂਗੂ ਹੈ, ਉਹ ਆਪਾਂ ਅਗਰ ਸ਼ਰਤਾਂ ਪੂਰੀਆਂ ਕਰਦੇ ਹਾਂ ਤਾਂ ਆਪਾਂ ਨੂੰ ਵੀਜ਼ਾ ਮਿਲ ਜੂਗਾ। ਇਹਦੀਆਂ ਜਿਹੜੀਆਂ ਸ਼ਰਤਾਂ ਹੈਗੀਆਂ ਨੇ ਜੀ ਆਸਟ੍ਰੇਲੀਆ ਜਾਣ ਵਾਸਤੇ, ਚਲੋ ਆਪਾਂ ਵੈਸੇ ਆਸਟ੍ਰੇਲੀਆ ਦਾ ਜਿਹੜਾ ਵੀਜ਼ਾ ਹੈਗਾ ਮੈਂ ਦੱਸਣਾ ਚਾਹੁੰਦਾ ਸ਼ੁਰੂਆਤ 'ਚ ਕਿ ਇੱਕ ਆਸਟ੍ਰੇਲੀਆ ਸਟੂਡੈਂਟ ਵੀਜ਼ਾ ਵਿਦਆਊਟ ਆਈਲੈਟਸ ਵੀ ਹੈ ਸਾਡੇ ਕੋਲ, ਬਟ ਉਹ ਥੋੜ੍ਹਾ ਜਿਹਾ ਮੇਰਾ ਸ਼ੋਅ ਧਿਆਨ ਨਾਲ ਸਮਝ ਲੈਣ ਲੋਕ, ਫਿਰ ਉਸ ਤੋਂ ਬਾਅਦ ਕਾਲ ਕਰੀਓ, ਕਈ ਵਾਰ ਸ਼ੋਅ ਦੇ ਦੌਰਾਨ ਹੀ ਤੁਹਾਡੇ ਜਿਹੜਾ ਸਵਾਲ ਆ ਉਹਦਾ ਜਵਾਬ ਹੁੰਦਾ ਹੈ। ਆਸਟ੍ਰੇਲੀਆ ਦੀ ਜਿਹੜੀ ਬੇਸਿਕ ਐਲੀਜੀਬਿਲਟੀ ਅੱਜ ਦੀ ਮਨੀਸ਼ ਜੀ ਉਹ ਹੈਗੀ ਹੈ 5.5 ਬੈਂਡ, 50% ਨੰਬਰ। ਇਸ ਤੋਂ ਬਿਨਾਂ ਹੋਰ ਕੁਛ ਇੱਦਾਂ ਦਾ ਨਹੀਂ ਹੈਗਾ, ਤੁਸੀਂ ਪਲੱਸ ਟੂ ਪਾਸ ਹੋਣੇ ਚਾਹੀਦੇ ਹੋ ਜਾਂ ਗ੍ਰੈਜੂਏਸ਼ਨ ਹੈਗੀ ਆ, ਤਾਂ ਵੀ 5.5 ਨਾਲ ਹੋ ਜਾਂਦਾ ਹੈ। ਇਹ ਬੇਸਿਕ ਐਲੀਜੀਬਿਲਟੀ ਹੈ। ਬਟ ਅੱਜ ਦੀ ਤਰੀਕ 'ਚ ਸਟੂਡੈਂਟ ਇੱਥੇ ਕੀ ਕਨਫਿਊਜ਼ ਹੋ ਰਿਹਾ, ਕੋਈ ਕੰਪਨੀ ਦੀ ਐਡ ਸੋਸ਼ਲ ਮੀਡੀਆ ਦੇ ਉੱਪਰ ਚੱਲਦੀ ਹੈ ਜੀ ਕਿ 6 ਬੈਂਡ ਚਾਹੀਦੇ ਨੇ, ਕੋਈ ਕਹਿੰਦਾ ਜੀ ਨਰਸਿੰਗ ਵਾਲਿਆਂ ਨੂੰ 6.5 ਤੋਂ ਨੀਚੇ ਐਡਮਿਸ਼ਨ ਨਹੀਂ ਮਿਲਦੀ ਹੈਗੀ, ਕੋਈ ਕਹਿੰਦਾ ਜੀ 5.5 ਬੈਂਡ ਦੇ ਨਾਲ ਤਾਂ ਵੀਜ਼ਾ ਹੀ ਨਹੀਂ ਅਪਲਾਈ ਹੁੰਦਾ ਹੈਗਾ, ਕੋਈ ਕਹਿੰਦਾ ਜੀ 6 ਬੈਂਡ ਦੇ ਨਾਲ ਤਾਂ ਆਫਰ ਲੈਟਰ ਵੀ ਨਹੀਂ ਆਉਂਦੀ। ਯਾਨੀ ਕਿ ਮਾਰਕੀਟਿੰਗ ਦੇ ਜਿਹੜੇ ਵੇ ਨੇ ਉਹ ਬਹੁਤ ਜ਼ਿਆਦਾ ਵੱਧ ਚੁੱਕੇ ਨੇ। ਸੋਸ਼ਲ ਦੇ ਉੱਪਰ ਇੱਕ ਕੰਪਨੀ ਕੁਝ ਹੋਰ ਤਰੀਕੇ ਪ੍ਰਮੋਟ ਕਰਦੀ ਹੈ ਆਸਟ੍ਰੇਲੀਆ ਨੂੰ, ਇਲੈਕਟ੍ਰੋਨਿਕ ਮੀਡੀਆ ਕੁਝ ਕਹਿੰਦਾ, ਪ੍ਰਿੰਟ ਮੀਡੀਆ ਕੁਝ ਕਹਿੰਦਾ, ਬਟ ਕਿਤੇ ਨਾ ਕਿਤੇ ਜੇ ਆਪਾਂ ਇਹਨਾਂ ਸਾਰੀ ਚੀਜ਼ਾਂ ਦਾ ਨਿਚੋੜ ਕੱਢਦੇ ਹਾਂ, ਤੱਥ ਕੱਢਦੇ ਹਾਂ, ਤਾਂ ਆਪਾਂ ਇੰਨਾ ਕੁ ਜਿਹੜਾ ਹੈਗਾ ਚੀਜ਼ ਦੇ ਜਾਣੂ ਹੁੰਦੇ ਹਾਂ ਕਿ ਇਲੈਕਟ੍ਰੋਨਿਕ ਮੀਡੀਆ ਯਾਨੀ ਕਿ ਜੋ ਆਪਾਂ ਸ਼ੋਅ ਦੀ ਗੱਲ ਕਰ ਰਹੇ ਹਾਂ ਇਹਦਾ ਇੰਨਾ ਕੁ ਫਰਕ ਹੁੰਦਾ ਹੈ ਤੁਹਾਡੀ ਜਿਹੜੀ ਹੈਗੀ ਹੈ ਤੁਹਾਡੀ ਸਪੋਰਟ ਨਾਲ, ਕਾਫੀ ਇਸ ਇੰਡਸਟਰੀ ਜਿਹੜਾ ਹੈਗਾ ਫਰਕ ਆਇਆ ਕਿ ਪ੍ਰਿੰਟ ਮੀਡੀਆ 'ਚ ਜੋ ਕੰਪਨੀਆਂ ਐਡ ਕਰ ਰਹੀਆਂ ਉਹ ਕਿਤੇ ਨਾ ਕਿਤੇ ਬੱਚਾ ਗੁੰਮਰਾਹ ਕਿਉਂ ਹੋ ਜਾਂਦਾ, ਕਿਉਂਕਿ ਕੰਪਨੀ ਦੇ ਮਾਲਕ ਦਾ ਨਾਮ ਆਪੀ ਮੂਹਰੇ ਨਹੀਂ ਆਉਂਦਾ, ਨਾ ਹੀ ਉਹ ਕਿਸੇ ਨੂੰ ਮਿਲਣਾ ਚਾਹੁੰਦਾ। ਪਹਿਲੀ ਗੱਲ ਜੀ, ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਹੈਗਾ ਉਹ ਕਿਸੇ ਹੋਰ ਤਰੀਕੇ ਐਡ ਚੱਲੀ ਹੁੰਦੀ ਹੈ, ਬੱਚਾ ਕੰਪਨੀ ਦੇ ਮਾਲਕ ਤੱਕ ਪਹੁੰਚ ਹੀ ਨਹੀਂ ਪਾਉਂਦਾ ਹੈਗਾ, ਉਹਨੂੰ ਲਾਸਟ ਤੱਕ ਇਹ ਨਹੀਂ ਪਤਾ ਲੱਗਦਾ ਇਹਨਾਂ ਕੋਲ ਲਾਇਸੈਂਸ ਹੈ ਵੀ ਹੈ ਨਹੀਂ ਹੈ। ਸੋ ਸਭ ਤੋਂ ਵੱਡੀ ਤਾਂ ਗੱਲ ਇਹ ਹੈਗੀ ਹੈ ਕਿ ਆਸਟ੍ਰੇਲੀਆ ਜਾਣ ਤੋਂ ਪਹਿਲੇ ਤੁਸੀਂ ਇਹ ਦੇਖੋ ਵੀ ਜਿਹੜੇ ਏਜੰਟ ਨੂੰ ਚੂਜ਼ ਕਰ ਰਹੇ ਹੋ ਕਿਆ ਉਹ ਤੁਹਾਡਾ ਬੈਟਰ ਹੈ, ਉਹ ਪੰਜਾਬ ਸਰਕਾਰ ਤੋਂ ਜਾਂ ਜਿਸ ਵੀ ਸ਼ਹਿਰ ਦੇ ਅੰਦਰ ਕੰਮ ਕਰ ਰਿਹਾ ਉੱਥੇ ਮਾਨਤਾ ਪ੍ਰਾਪਤ ਹੈ, ਉਹ ਰਜਿਸਟਰਡ ਹੈ, ਉਹ ਆਪ ਨੌਲੇਜ ਰੱਖਦਾ, ਉਹਦੇ ਕੋਲ ਆਪ ਦੀ ਉਹਦੀ ਕਿੱਥੋਂ ਦੀ ਪੜ੍ਹਾਈ ਕੀਤੀ ਹੋਈ ਹੈ। ਸੋ ਇਹ ਬੇਸਿਕ ਜਿਹੜੀ ਚੀਜ਼ਾਂ ਹੈਗੀਆਂ, ਅਸੀਂ ਆਪ ਜਿਹੜੇ ਜਿਹੜਾ ਸਾਡਾ ਇਨਫਰਾ ਹੈਗਾ, ਕਈ ਲੋਕ ਸਾਨੂੰ ਫੋਨ ਦੇ ਉੱਪਰ ਕਹਿੰਦੇ ਨੇ ਜੀ ਸਾਨੂੰ ਸਾਰਾ ਪ੍ਰੋਸੈਸ ਜਿਹੜਾ ਫੋਨ ਦੇ ਉੱਪਰ ਦੱਸ ਦਿਓ, ਸਾਨੂੰ ਦੱਸਣ 'ਚ ਦਿੱਕਤ ਨਹੀਂ ਹੈ, ਬਟ ਤੁਸੀਂ ਜਿੰਨੇ ਵੀ ਸ਼ੋਅ ਦੇਖ ਰਹੇ ਨੇ ਤੁਸੀਂ ਸਾਡਾ ਕੰਮ ਕਰਨ ਦਾ ਤਰੀਕਾ ਨਹੀਂ ਦੇਖਿਆ, ਤੁਸੀਂ ਸਾਡਾ ਆਫਿਸ ਦਾ ਇਨਫਰਾ ਨਹੀਂ ਦੇਖਿਆ, ਤੁਸੀਂ ਸਾਡੇ ਲਾਇਸੈਂਸ ਬਾਰੇ ਨਹੀਂ ਪੁੱਛਿਆ। ਸੋ ਸਭ ਤੋਂ ਪਹਿਲੀ ਤਾਂ ਜਿਹੜੀ ਹੈਗੀ ਹੈ ਮੇਰੀ ਗੁਜ਼ਾਰਿਸ਼ ਹੈਗੀ ਹੈ ਸਾਰਿਆਂ ਨੂੰ ਕਿ ਆਫਿਸ ਆ ਕੇ ਜ਼ਰੂਰ ਸਲਾਹ ਲਿਆ ਕਰੋ, ਤਾਂ ਕਿ ਘੱਟੋ ਘੱਟ ਤੁਸੀਂ ਜਿਸ ਕੰਪਨੀ ਨੂੰ ਆਪਣੇ ਪੈਸੇ ਦੇਣ ਲੱਗੇ ਹੋ ਉਹਦੇ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਸੋ ਆਸਟ੍ਰੇਲੀਆ ਦੇ ਬੇਸਿਕ ਜਿਹੜਾ ਮਨੀਸ਼ ਜੀ ਹੈਗਾ, ਲੰਮਾ ਚਲਾ ਗਈ ਇਹ ਗੱਲ ਮੇਰੀ ਕਿ 5.5 ਬੈਂਡ ਪਲੱਸ ਟੂ ਪਾਸ ਹੋਣੇ ਚਾਹੀਦੇ, 50% ਨੰਬਰ, ਇਹ ਬੇਸਿਕ ਐਲੀਜੀਬਿਲਟੀ ਹੈ ਅੱਜ ਦੀ ਤਰੀਕ 'ਚ, ਜਿਹਦੇ ਨਾਲ ਵੀਜ਼ਾ ਵੀ ਮਿਲਦਾ, ਆਫਰ ਲੈਟਰ ਤਾਂ ਬਹੁਤ ਛੋਟੀ ਜਿਹੀ ਗੱਲ ਹੈ, ਆਫਰ ਲੈਟਰ ਆਉਣਾ ਨਾ ਆਉਣਾ। ਸੋ ਇਹ ਬੇਸਿਕ ਐਲੀਜੀਬਿਲਟੀ ਹੈ। ਇਸ ਤੋਂ ਬਿਨਾਂ ਜਿਹੜੇ ਹੋਰ ਕਾਫੀ ਤਰ੍ਹਾਂ ਦੀ ਜੁੜ ਜਾਂਦੀਆਂ ਜੀ ਕਿ ਕੋਰਸਸ ਕਿੱਦਾਂ ਦੇ ਹੋਣਗੇ ਉਹ ਡਿਪੈਂਡ ਕਰਦਾ ਹੈ। ਲਾਈਕ ਆਪਾਂ ਨਰਸਿੰਗ ਵਾਲਿਆਂ ਨੂੰ ਦੇਖ ਲਈਏ ਕਿ 6 ਬੈਂਡ ਅਗਰ ਤੁਹਾਡੇ ਹੈਗੇ ਨੇ, ਪਲੱਸ ਤੁਸੀਂ ਪਲੱਸ ਟੂ ਮੈਡੀਕਲ 'ਚੋਂ ਕੀਤੀ ਹੋਈ ਹੈ, ਬਾਇਓ 'ਚੋਂ ਤੁਹਾਡੀ ਇਨਕੇਸ ਪਰਸੈਂਟੇਜ ਘੱਟ ਜਾਂਦੀ ਹੈ 40 ਜਾਂ 50% ਰਹਿ ਜਾਂਦੀ ਹੈ, ਸੋ ਓਬਵੀਅਸਲੀ ਕਿ ਬੱਚਾ ਉਹ ਨਰਸਿੰਗ 'ਚ ਨਹੀਂ ਜਾ ਪਾਏਗਾ, ਉਹਨੂੰ ਕਿਤੇ ਨਾ ਕਿਤੇ ਅਸੀਂ ਬੈਚਲਰ ਆਫ ਹੈਲਥ ਸਾਇੰਸ, ਹੈਲਥ ਪ੍ਰਮੋਸ਼ਨ, ਹੈਲਥ ਜਿਹੜਾ ਹੈਗਾ ਐਡਮਿਨਿਸਟ੍ਰੇਸ਼ਨ ਹੋ ਗਿਆ, ਇੱਦਾਂ ਦੇ ਕੋਰਸਿਸ ਦੇ ਅੰਦਰ ਬੱਚੇ ਨੂੰ ਜਿਹੜਾ ਹੈਗਾ ਅਸੀਂ ਐਡਵਾਈਜ਼ ਕਰਦੇ ਹਾਂ ਜੀ। ਸੋ ਗੱਲ ਤੁਹਾਡੀ ਵਾਲੀ ਨੂੰ ਮੈਂ ਹੀ ਚੁੱਕਦਾ,
ਤੁਸੀਂ ਇੱਕ ਮਿੰਟ ਵਾਸਤੇ ਹੁਣ ਮੈਂ ਇਹਦਾ ਬੜਾ ਸਪਸ਼ਟ ਆਨਸਰ ਦੇ ਦੇਣਾ ਜੋ ਵੀ ਸ਼ੋਅ ਦੇਖ ਰਹੇ ਨੇ ਲੋਕ ਤੁਹਾਨੂੰ ਮੇਰੀ ਗੱਲ ਸੁਣਨ ਦੀ ਲੋੜ ਨਹੀਂ ਜਾਂ ਮੇਰੇ ਤੋਂ ਬਾਅਦ ਕਿਸੇ ਦਾ ਸ਼ੋਅ ਆਉਂਦਾ ਉਹਦੀ ਸੁਣਨ ਦੀ ਲੋੜ ਨਹੀਂ ਤੁਹਾਨੂੰ ਕਿਸੇ ਨਿਊਜ਼ਪੇਪਰ 'ਚ ਪੜ੍ਹਨ ਦੀ ਲੋੜ ਨਹੀਂ ਕੋਈ ਸੋਸ਼ਲ ਮੀਡੀਆ 'ਤੇ ਨਾ ਪੜ੍ਹੋ ਤੁਸੀਂ ਜਿਹੜੇ ਦੇਸ਼ ਚੱਲੇ ਹੋ ਉਹਨਾਂ ਦੀ ਐਲੀਜੀਬਿਲਟੀ ਸਿੰਪਲ ਜੀ ਉਹਨਾਂ ਦੀ ਵੈਬਸਾਈਟ ਦੇ ਉੱਪਰ ਲਿਖੀ ਹੋਈ ਹੈ ਕਿ ਤੁਸੀਂ ਘੱਟੋ ਘੱਟ ਜੇ ਸਟੂਡੈਂਟ ਵੀਜ਼ਾ ਲੈਣਾ ਆਸਟ੍ਰੇਲੀਆ ਦਾ ਅੰਡਰ ਸਬ ਕਲਾਸ 500 ਉਹਦੇ ਵਾਸਤੇ ਤੁਹਾਨੂੰ ਪਲੱਸ ਟੂ ਪਾਸ ਹੋਣੇ ਚਾਹੀਦੇ ਹੋ 50% ਤੁਹਾਡੇ ਨੰਬਰ ਚਾਹੀਦੇ ਨੇ 5.5 ਈਚ ਦੇ ਨਾਲ ਵਿਦਆਊਟ ਐਲੀ ਬੱਚਾ ਡਾਇਰੈਕਟ ਬੈਚਲਰ ਨਹੀਂ ਡਿਪਲੋਮੇ ਦੇ ਅੰਦਰ ਜਾਊਗਾ ਫੀਸ ਆਫਟਰ ਵੀਜ਼ਾ ਵਾਲਾ ਵੀ ਆਪਸ਼ਨ ਹੈਗੀ ਹੈ ਪਹਿਲੇ ਵਾਲੀ ਵੀ ਹੈਗੀ ਹੈ ਕਿ ਡਿਗਰੀ 'ਚ ਫੀਸ ਪਹਿਲੇ ਭਰੀ ਜਾਂਦੀ ਹੈ ਸੋ ਮੇਰੇ ਕਹਿਣ ਦਾ ਭਾਵ ਇਹ ਹੈ ਜਿਹੜੀ ਤੁਹਾਡੀ ਗੱਲ ਦਾ ਮੈਂ ਉੱਤਰ ਦੇ ਰਿਹਾ ਕਿ ਮੈਨੂੰ ਸੁਣਨ ਦੀ ਬਜਾਏ ਜੇ ਆਪਾਂ ਬੇਸਿਕ ਜੋ ਤੁਸੀਂ ਕਹਿ ਰਹੇ ਹੋ ਕਿ ਬੱਚਾ ਕਨਫਿਊਜ਼ ਹੈ ਬੱਚੇ ਨੂੰ ਕਨਫਿਊਜ਼ ਹੋਣ ਦੀ ਲੋੜ ਨਹੀਂ ਇੱਥੇ ਕਿਤੇ ਨਾ ਕਿਤੇ ਜਿਹੜੀ ਸੋਸ਼ਲ ਸਾਈਟਸ ਹੈਗੀਆਂ ਉਹ ਬੜਾ ਸਪੋਰਟ ਕਰਦੀਆਂ ਤੁਹਾਨੂੰ ਕਾਫੀ ਹੈਲਪਫੁਲ ਹੁੰਦੇ ਆ ਤੁਹਾਨੂੰ ਇਸ ਚੀਜ਼ ਦੇ ਫਾਈਂਡ ਆਊਟ ਕਰਨ ਵਾਸਤੇ ਸੋ ਉਹਦੇ ਗੋ ਔਨ ਦਾ ਸਾਈਟ ਆਫ ਆਸਟ੍ਰੇਲੀਆ ਜਿਹੜੀ ਉਹਨਾਂ ਦੀ ਰਜਿਸਟਰਡ ਹੈਗੀ ਹੈ ਉਹਦੇ ਉੱਪਰ ਜਾ ਕੇ ਤੁਸੀਂ ਚੈੱਕ ਕਰੋ ਤਾਂ ਬੇਸਿਕ ਐਲੀਜੀਬਿਲਟੀ 5.5 ਬੈਂਡ ਦੇ ਨਾਲ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਉਹਨਾਂ ਨੇ ਲਿਖਿਆ ਹੋਇਆ ਪਲੱਸ ਟੂ ਪਾਸ 50% ਨੰਬਰ ਸੋ ਇਹ ਚੀਜ਼ਾਂ ਜਿਹੜੀਆਂ ਬੜੀ ਮਨੀਸ਼ ਜੀ ਅੱਜ ਕੱਲ੍ਹ ਬੱਚਾ ਹਰ ਇੱਕ ਬੱਚੇ ਕੋਲ ਜਾਂ ਐਂਡਰਾਇਡ ਫੋਨ ਹੈਗਾ ਕੋਈ ਅੱਜ ਕੱਲ੍ਹ ਇੰਨਾ ਕਮਲਾ ਨਹੀਂ ਰਿਹਾ ਹੈਗਾ ਕਿ ਕਿਸੇ ਨੂੰ ਆਪਾਂ ਜਾ ਕੇ ਪੈਸੇ ਫੜਾ ਦਾਂਗੇ ਤੁਹਾਨੂੰ ਪਤਾ ਨਹੀਂ ਹੋਊਗਾ ਬਟ ਗੱਲ ਇੰਨੀ ਕੁ ਆ ਜਾਂਦੀ ਹੈ ਕਿ ਜਿਹੜਾ ਤੁਸੀਂ ਘੱਟੋ ਘੱਟ ਆਪਣਾ ਜਦੋਂ ਤੁਹਾਡਾ ਕੋਆਰਡੀਨੇਸ਼ਨ ਸ਼ੁਰੂ ਹੁੰਦਾ ਹੈ ਏਜੰਟ ਨਾਲ ਉਸ ਟਾਈਮ 'ਤੇ ਤੁਹਾਨੂੰ ਜਿਹੜਾ ਤੁਹਾਡਾ ਕੋਰਸ ਕਿੱਦਾਂ ਦਾ ਹੋਊਗਾ ਕਿਹੜੇ ਸ਼ਹਿਰ ਚੱਲੇ ਹੋ ਕਿਹੜੀ ਯੂਨੀਵਰਸਿਟੀ ਪਾਓਗੇ ਕਿਤੇ ਕਾਲਜ ਦਾ ਲੋਕੇਸ਼ਨ ਕਿੱਥੇ ਹੈ ਕਿਆ ਉਹ ਕਾਲਜ ਜਿਹੜਾ ਹੈਗਾ ਤੁਹਾਡਾ ਲੈਵਲ 1 'ਚ ਹੈ ਜਾਂ ਲੈਵਲ 2 'ਚ ਹੈ ਇਹ ਗੱਲਾਂ ਜ਼ਰੂਰ ਮਾਇਨੇ ਰੱਖਦੀਆਂ ਇੱਕ ਦਿਨ ਜੀ ਸੋ ਅੱਜ ਬਹੁਤ ਸਾਰੀ ਚਰਚਾ ਹੋ ਰਹੀ ਹੈ ਸੋਸ਼ਲ ਸਾਈਟਸ 'ਤੇ ਵੀ ਟੀ ਵੀ ਚੈਨਲਸ 'ਤੇ ਵੀ ਅਖਬਾਰਾਂ ਦੇ ਵਿੱਚ ਵੀ ਅੱਧੀ ਅੱਧੀ ਅਖਬਾਰ ਦੇ ਇਸ਼ਤਿਹਾਰ ਆ ਰਹੇ ਨੇ ਇਸ਼ਤਿਹਾਰ ਕੀ ਹੈ ਜੀ ਜੀ ਐਨ ਐਮ ਜਿਹਨੇ ਕੀਤੀ ਹੈ ਜਾਂ ਫਿਰ ਜਿਹਨੇ ਪੋਸਟ ਬੇਟਿੰਗ ਬੇਸਿਕ ਨਰਸਿੰਗ ਕੀਤੀ ਹੈ ਓਵਰਆਲ 6 ਬੈਂਡ 1 'ਚੋਂ 5.5 ਜਾਂ 2 'ਚੋਂ 5.5 ਬੈਂਡ ਆ ਚਾਹੇ ਪੜ੍ਹਾਈ ਦੇ ਵਿੱਚ ਜਾਂ ਜੀ ਐਨ ਐਮ ਤੋਂ ਬਾਅਦ 5-7 ਸਾਲ ਦਾ 20 ਸਾਲ ਦਾ ਗੈਪ ਜੀ ਹੈ ਉਹਨਾਂ ਦੀ ਵੀ ਡਿਮਾਂਡ ਆਸਟ੍ਰੇਲੀਆ ਦੇ ਵਿੱਚ ਇੱਕੋ ਦਮ ਵੱਧ ਗਈ ਪਿਛਲੇ 2 ਮਹੀਨੇ ਜੀ ਔਰ ਸਾਰੀ ਡਿਮਾਂਡ ਪੰਜਾਬ ਦੇ ਏਜੰਟਸ ਕੋਲ ਆ ਗਈ ਜੀ ਸੋ ਇਹਨੂੰ ਕਿਸ ਹੱਦ ਤੱਕ ਸੱਚਾਈ ਮੰਨਦੇ ਹੋ ਦੇਖੋ ਸੱਚਾਈ ਹੈ ਇਹਦੇ 'ਚ ਇਹਦਾ ਬੇਸਿਕ ਜਿਹੜਾ ਕਾਰਨ ਦੱਸ ਦਿੰਦਾ ਜੇ ਆਪਾਂ ਆਸਟ੍ਰੇਲੀਆ ਦਾ ਮੈਪ ਚੱਕ ਲਈਏ ਆਪਣੇ ਇੱਥੇ ਬੇਸਿਕਲੀ ਏਜੰਟ ਦੀ ਚੋਣ ਜਿਹੜਾ ਆਪਣੇ ਸਟੂਡੈਂਟ ਕਰਦੇ ਨੇ ਨਾ ਜਾਂ ਮਾਂ ਬਾਪ ਕਰਦੇ ਨੇ ਉਹ ਕਹਿੰਦੇ ਨੇ ਜੀ ਕਿ ਸਾਡੇ ਲੋਕਲ ਸ਼ਹਿਰ 'ਚ ਏਜੰਟ ਬੈਠਾ ਤਾਂ ਉਹ ਅੱਛਾ ਹੋਊਗਾ ਉਹਦੇ ਕੋਲ ਲਾਇਸੈਂਸ ਹੈਗਾ ਤਾਂ ਉਹ ਅੱਛਾ ਹੋਊਗਾ ਨਹੀਂ ਜੀ ਉਹਦੀਆਂ ਇਕੱਲੇ ਗੱਲਾਂ ਅੱਛੀਆਂ ਹੋਣ ਨਾਲ ਨਹੀਂ ਉਹਨੂੰ ਪੂਰਾ ਜਿਹੜਾ ਕਹਿੰਦੇ ਜਿਹੜੇ ਦੇਸ਼ ਨੂੰ ਤੁਸੀਂ ਭੇਜਣ ਚੱਲੇ ਹੋ ਜਾਂ ਰੀਪ੍ਰੈਜੈਂਟ ਕਰ ਰਹੇ ਹੋ ਉਹਨੂੰ ਉਹਦਾ ਭੂਗੋਲ ਉਹਦੀ ਹਿਸਟਰੀ ਸਾਰਾ ਮਾਲੂਮ ਹੋਣਾ ਚਾਹੀਦਾ ਸੋ ਬੇਸਿਕਲੀ ਮੈਂ ਜਿੰਨੀ ਕੁ ਆਸਟ੍ਰੇਲੀਆ ਦੀ ਨੌਲੇਜ ਰੱਖਦਾ ਜਿਹੜਾ ਤੁਹਾਡੇ ਸਵਾਲ ਦਾ ਹੀ ਜਵਾਬ ਦੇ ਰਿਹਾ ਕਿ ਆਸਟ੍ਰੇਲੀਆ ਦਾ ਜਿਹੜਾ 100 ਮੰਨ ਲਓ ਆਪਾਂ 100 ਦਾ ਲੈ ਲਈਏ ਕਿ 100% 'ਚੋਂ 25% ਏਰੀਆ ਉਹਨਾਂ ਦਾ ਕਵਰ ਹੈ ਤੁਹਾਡੀ ਗੱਲ ਦਾ ਟੈਕਨੀਕਲੀ ਆਨਸਰ ਦਿੰਦਾ 25% ਏਰੀਆ ਟੋਟਲੀ ਕਵਰ ਹੋ ਰੱਖਿਆ ਹੈ 75% ਏਰੀਆ ਖਾਲੀ ਪਿਆ ਯਾਨੀ ਕਿ ਜੇ ਆਪਾਂ ਉੱਥੇ ਨਿਕਲਦੇ ਹਾਂ ਤਾਂ ਤਕਰੀਬਨ 100-100 ਕਿਲੋਮੀਟਰ ਤੱਕ ਕੋਈ ਜਿਹੜਾ ਹੈਗਾ ਕੋਈ ਸਿਟੀ ਜਾਂ ਪਿੰਡ ਨਹੀਂ ਮਿਲਦਾ ਹੈਗਾ ਆਪਾਂ ਨੂੰ ਸੋ ਬੇਸਿਕਲੀ ਆਸਟ੍ਰੇਲੀਆ ਦੇ ਅੰਦਰ ਜਿਹੜਾ ਤੁਸੀਂ ਨਰਸਿੰਗ ਦੀ ਡਿਮਾਂਡ ਕਹਿ ਰਹੇ ਹੋ ਨਰਸਿੰਗ ਔਰ ਅਕਾਊਂਟਿੰਗ ਜਿੰਨੇ ਹੈਗੇ ਨੇ ਜਿਨ੍ਹਾਂ ਨੇ ਬੀ ਕੌਮ ਜਾਂ ਪਲੱਸ ਟੂ ਅਕਾਊਂਟਸ ਕੀਤੀ ਹੋਈ ਹੈ ਇਹ ਬੰਦਿਆਂ ਦੀ ਤਾਂ ਇੰਨੀ ਕੁ ਜ਼ਿਆਦਾ ਡਿਮਾਂਡ ਹੈ ਔਰ ਸੱਚੀ ਡਿਮਾਂਡ ਹੈ ਕਿਉਂਕਿ ਇਹ ਉੱਥੇ ਕੀ ਹੈ ਜਿਹੜੇ 2 ਕੋਰਸਸ ਨੇ ਮੈਂ ਦੱਸ ਦਿੰਦਾ ਨਾਲ ਨਾਲ ਆਸਟ੍ਰੇਲੀਆ ਦੇ ਅੰਦਰ ਨਰਸਿੰਗ ਕਰਦੇ ਕਰਦੇ ਤੁਸੀਂ ਚਾਹੇ ਬੈਚਲਰ ਆਫ ਹੈਲਥ ਸਾਇੰਸ ਤੋਂ ਬਾਅਦ ਕਰ ਲਓ ਜਾਂ ਜਿਹੜੀ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਜਾਂ ਬੈਚਲਰ ਆਫ ਅਕਾਊਂਟਿੰਗ ਦੱਸ ਰਿਹਾ ਮੈਂ ਇਹਨਾਂ ਨੂੰ ਦੋਵਾਂ ਨੂੰ ਕੋਰਸਸ ਨੂੰ ਕਰਦੇ ਕਰਦੇ ਅਗਰ ਤੁਸੀਂ 6.5 ਓਵਰਆਲ 6 ਈਚ ਲੈ ਲੈਂਦੇ ਹੋ ਤਾਂ ਉਸ ਕੋਰਸ ਦੇ ਨਾਲ ਜੋ ਅੱਗੇ ਡੈਜ਼ਿਗਨੇਸ਼ਨ ਬਣਦੀ ਹੈ ਮੰਨ ਲਓ ਅਗਰ ਕੋਈ ਮਾਸਟਰ ਆਫ ਪ੍ਰੋਫੈਸ਼ਨਲ ਅਕਾਊਂਟਿੰਗ ਕਰ ਰਿਹਾ ਉਹ ਬੰਦਾ ਆਪਣੇ ਆਪ ਨੂੰ ਉੱਥੇ 7 ਈਚ ਲੈ ਕੇ ਤਾਂ ਸੀ ਏ ਰਜਿਸਟਰਡ ਕਰਾ ਸਕਦਾ ਹੈ ਜੇ 6.5 ਓਵਰਆਲ 6 ਈਚ ਨੇ ਤਾਂ ਉਹ ਸੀ ਏ ਦੀ ਟ੍ਰੇਨਿੰਗ ਦੇ ਉੱਪਰ ਜਾ ਸਕਦਾ ਹੈ ਜਿਹੜਾ ਤੁਹਾਡਾ ਨਰਸਿੰਗ ਵਾਲਾ ਸਵਾਲ ਹੈ ਨਰਸਿੰਗ ਵਾਲੇ ਲਈ ਜਿਹੜੀ ਐਲੀਜੀਬਿਲਟੀ ਹੈਗੀ ਜੇ 7 ਈਚ ਹੈਗੀ ਹੈ 7 ਈਚ ਲੈ ਕੇ ਤੁਸੀਂ ਆਪਣੇ ਆਪ ਨੂੰ ਐਜ਼ ਏ ਸਟਾਫ ਨਰਸ ਰਜਿਸਟਰਡ ਕਰਾ ਸਕਦੇ ਹੋ ਉੱਥੇ ਬਹੁਤ ਜ਼ਿਆਦਾ ਡਿਮਾਂਡ ਹੈ ਜੀ ਐਨ ਐਮ ਵਾਲਿਆਂ ਦੀ ਔਰ ਜੀ ਐਨ ਐਮ ਨਾਲ ਸਭ ਤੋਂ ਵੱਡਾ ਜਿਹੜਾ ਫਾਇਦਾ ਹੈਗਾ ਮਨੀਸ਼ ਜੀ ਕਿ ਜੀ ਐਨ ਐਮ ਦੇ ਨਾਲ ਪਹਿਲੀ ਗੱਲ ਹੈ ਤੁਹਾਡਾ ਸਪਾਊਸ ਨਾਲ ਜਾ ਸਕਦਾ ਫੀਸ ਜਿਹੜੀ ਹੈਗੀ ਹੈ ਤੁਹਾਡੀ ਤੁਹਾਨੂੰ ਜਿਹੜਾ ਕੋਰਸ ਹੈਗਾ ਯੂਨੀਵਰਸਿਟੀ ਦੀ ਮਿਲੂਗੀ ਫੀਸ ਇਹਦੇ ਜਿਹੜੀ ਹੈਗੀ ਹੈ ਬੜੀ ਐਵਰੇਜ ਹੁੰਦੀ ਹੈ ਕਿਉਂਕਿ ਨਰਸਿੰਗ ਦੇ ਜਿਹੜੇ ਕੋਰਸਸ ਨੇ ਜੇ ਬੈਚਲਰ ਆਫ ਨਰਸਿੰਗ ਲਗਾ ਲਈਏ ਜਾਂ ਡੈਂਟਲ ਵਾਲੇ ਲਗਾ ਲਈਏ ਇਹ ਆ ਜਾਂਦੇ ਜੀ $15,000-16,000 ਪਰ ਸਮੈਸਟਰ ਫੀਸ ਹੈ ਬੈਚਲਰ ਆਫ ਹੈਲਥ ਸਾਇੰਸ ਹੈਲਥ ਪ੍ਰਮੋਸ਼ਨ ਹੈਲਥ ਐਡਮਿਨਿਸਟ੍ਰੇਸ਼ਨ ਵਾਲੇ ਆ ਗਏ ਜਿਹੜੇ ਮੈਨੇਜਮੈਂਟ ਵਾਲੇ ਹੈਗੇ ਆ ਇਹਨਾਂ ਦੀ ਸਾਰੀ ਫੀਸ ਹੈ $10,000 ਯਾਨੀ ਕਿ $20,000 ਮੁੱਦਾ ਸਤਵੀਰ ਜੀ ਇਹ ਹੈ ਕਿ ਜਦੋਂ ਇੱਥੋਂ ਆਪਾਂ ਇੱਕ 12ਵੀਂ ਪਾਸ ਬੱਚੇ ਦੀ ਗੱਲ ਕਰਦੇ ਹਾਂ ਅਸੀਂ ਕਹਿੰਦੇ 2017 ਪਾਸ ਬੱਚੇ ਨੂੰ ਆਸਟ੍ਰੇਲੀਆ ਵਿੱਚ ਐਡਮਿਸ਼ਨ ਨਹੀਂ ਮਿਲਣੀ ਕਿਉਂਕਿ ਉਹਦੀ ਜੀਟੀ ਨਹੀਂ ਮੀਟ ਕਰਨੀ ਜੀ 2018 ਵਾਲੇ ਨੂੰ ਬਹੁਤ ਔਖੀ ਐਡਮਿਸ਼ਨ ਮਿਲਦੀ ਹੈ ਜੀ ਐਨ ਐਮ ਦੇ ਕੇਸ 'ਚ ਕਹਿੰਦੇ ਜੀ 15 ਸਾਲ ਦਾ ਗੈਪ ਫਿਰ ਵੀ ਆ ਜਾਓ 20 ਸਾਲ ਦਾ ਗੈਪ ਫਿਰ ਵੀ ਐਡਮਿਸ਼ਨ ਮਿਲ ਜੂਗੀ ਫਿਰ ਉੱਥੇ ਜੀਟੀ ਕਿਵੇਂ ਮੀਟ ਹੁੰਦੀ ਹੈ ਦੇਖੋ ਜੀਟੀ ਦਾ ਬੇਸਿਕਲੀ ਜੀਟੀ ਦਾ ਮੀਨਿੰਗ ਕੀ ਹੈ ਜੀਟੀ ਕੀ ਹੈ ਲੋਕਾਂ ਨੇ ਜੀਟੀ ਨੂੰ ਹਊਆ ਬਣਾ ਲਿਆ ਸਟੂਡੈਂਟ ਤੋਂ ਜਿਹੜਾ ਨਾ ਮੈਂ ਸਿੱਧਾ ਓਪਨਲੀ ਔਨ ਏਅਰ ਗੱਲ ਕਰਦਾ ਜੀਟੀ ਨੂੰ ਏਜੰਟ ਨੇ ਆਪਣਾ
कि एक फार्म के चीज़ा लिखिया हुई कि तुम प्लस टू किस साल पास की है, तुम्हारी तो परसेंटेज किन्नी है, तुम्हारे तो बैंड किन्ने ने, अगर वो तुम्हारी तो मीट करती है उस एडमिशन के नाल तुहाडा ऑफर लैटर इशू होएगा, नहीं तो डिनाई कर देना है। बेसिकली जी टी ई के अंदर जे एजेंट जी टी भी अपने बच्चे क्लीयर, मैं नहीं कह रहा कि एजेंट ने क्लीयर कराना है, बट वो जी एक चीज़ जाती है जुड़ के जिदा नाम है एस ओ पी स्टेटमेंट ऑफ परपज, अगर वो ठीक तरीके मान लो जी परसेंटेज घट है, मैं छोटी जी एग्जाम्पल दिना आप कोई भी प्रोफाइल डिस्कस कर लिए, कोई बच्चे ने 2017 कह रहे हो, 2017 अगर बच्चे ने प्लस टू पास आउट की है, नंबर भी वो 50% ने, 5.5 बैंड ने, हूँ वो जाऊगा किदा, मैं तो स्पष्ट आंसर दे दिना कि जोड़ा आप स्टेटमेंट ऑफ परपज जो तैयार करते हैं एजेंट स्टेटमेंट ऑफ परपज लिखता बच्चा है उन्होंने मोडीफाई करके अगर रीप्रजेंट करना होंगे, वो स्टेटमेंट ऑफ परपज के अंदर तुम एक्सप्लेन करो जस्टिफाई करो कि उस 2017 के अंदर की इदा के हालात से कि जिदे करके तुहाडी परसेंटेज घट आई, की इदा के हालात से कि 2017 तो बाद पढ़ाई छड़ती, की इदा के हालात से कि तुहाडे जिहड़े 5.5 बैंड आए ने, यह चीज़ा सारिया जुड़दियाँ किदा है। लाइक किसी बच्चे दे अगर अंग्रेजी चो इंग्लिश सबजैक्ट चो कोई 12वीं 2017 पास आउट की है जिन्हें वो 80% नंबर ने, बैंड वो आने जी 5.5, सो कि ना कि चीज़ा कलैशस हो रही हैं, मिलती ही नहीं आपस, क्योंकि 80% लैन वाला बच्चा आराम 6-6 बैंड ले जाता है। सो ये चीज़ा जिहड़ियां तुसीं मैं तुहाडे सवाल का दे रहा कि नर्सिंग का जिहड़ा डिमांड करके उन्हां दी मंग ज्यादा है, प्लस जिहड़ा जी टी दा तुसीं कह रहे जी टी च फेल हो जाता है, जी टी च कोई भी मैं कहना जी मूर्खी होगा जो अपने स्टूडेंट नूं जी टी चो भी फेल करा के वापस लियांदा है, जो जी टी नहीं क्लीयर करा सकता उहदा वीज़ा लैण दा तां बहुत दूर की गल है इस एजेंट की। सो सारी गेम जिहड़े तुहाडे सवाल का जवाब है मेरा वो जवाब यह है कि स्टेटमेंट ऑफ परपस एस ओ पी जिहनूं कहिंदे आ, अगर एजेंट ने एस ओ पी के उपर जोर दिता है वो ठीक ढंग एस ओ पी बना गया, फिर चाहे जी तुहाडा उत्थे स्पाउस केस है या सिंगल केस है, चाहे नवा ब्याह है चाहे पुराना ब्याह है, चाहे प्लस टू नाल कर रहे हो चाहे ग्रैजुएशन कर रहे हो, कोई फर्क नहीं पैंदा हैगा, उन्हूं सिर्फ फाइल नूं प्रेजेंट करन दा तरीका आना चाहिए कि किस तरीके फाइल नूं रीप्रेज करना प्रेजेंट करना है हाई कमीशन के अंदर जी। सो पंजाब दे विच एक बड़ी माड़ी प्रथा चलती पई है आस्ट्रेलिया जाण नूं लैके, कुड़ी के 6 बैंड होंगे है, मुंडा पैसा लाने लिए तैयार हो जाता है, कुड़ी नूं ही कहा जाता है कि ब्याह करा के असी बाहर भेज देंगे पैसा देते असी ला देंगे, कुड़ी वाले तैयार हो जाते हैं क्योंकि उन्होंने कुड़ी बाहर भेजनी होती है 15-20 लाख रुपया मुंडे वाले लाने जी बिल्कुल, जिन्होंने लैके बहुत सारे असी वीजे रिफ्यूज होंगे भी वेखे। सो स्पाउस केस के नाम से कॉन्ट्रैक्ट मैरिज की आड़ के आस्ट्रेलिया बहुत ज़्यादा बच्चों जाने की कोशिश की, पर कितना कितने रह गए क्योंकि एम्बैसी हाई कमिशन पता लग गया। पर जे आप उन्होंने बच्चों की गल कर लिए जिन्हें जेन्यून विआह होया, विआह होए नूं 2 महीने हो गए या 3 महीने हो गए या महीना ही होया, उन्हों का हूँ मूड बनता कि असीं बाहर पढ़ाई करने चल रही है, ठीक है। सो की रीसेंट मैरिज चलनगे? देखो मेरा बार बार ना कई सवालों का जिहड़ा जवाब है मेरा इक्को ही हुंदा है कि ये गल्लां मेरिया सुनने की बजाय तुसीं आस्ट्रेलिया की वैबसाइट के उपर मैं कि जो लोग थानू कहंदे ने या जो एजेंट थानू कहंदा है उन्हूं मेरे नाल कॉन्फ्रेंस कॉल च लो, मेरे ऑफिस नंबर करके 90164 90164 ते मान लो कि तुहानू एजेंट कहंदा जी कि तुहाडा नवा ब्याह है इस करके मैं इहदे पैसे वध लूँगा बट कम कढ़ा दांगा, इदां दा भी हुंदा है, ठीक है मनीष जी, और रियलिटी है इह आपां दौड़ नहीं सकदे, सच्चाई है साडी इंडस्ट्री की। मेरे नाल कॉन्फ्रेंस लेके गल करा दो, मैं वैबसाइट दस दिना, उस वैबसाइट के उपर अगर कितने भी ये लिखा हुआ है कि आस्ट्रेलिया च साल पुराना ब्याह चाहिए या प्लस टू नाल स्पाउस नहीं जाएगा या मैरिज जी है इस एक्ट के अंदर रजिस्टर्ड होनी चाहिए है, मैं गरंटी दिना जी मैं केस उन्नी ही फीस के अंदर केस करा के दूंगा, वो कोई जरूरत नहीं है तुहानू लखा रुपया बर्बाद करन दी। जिहड़ा तुसी कह रहे हो तुहाडे सवाल का जवाब यह है कि आस्ट्रेलिया ने कोई इदां दी अज तक पॉलिसी नहीं बनाई कि जी तुहानू 1 साल पुराना, इहदा टैक्निकली लोग कित्थों कन्फ्यूज होए ने मैं दस दिना, मेलबर्न हैगा छोटा शहर, अपने पंजाबी ज्यादा दौड़ते हैं मेलबर्न सिडनी, सिडनी काफ़ी बड़ा जिथे टैक्सियां का काम भी हैगा, हुण मेलबर्न के अंदर स्पॉस केस ना होने का कारण की है, उन्होंने पिछे जे कुछ यूनीवर्सिटीज़ ने कहता सीगा कि असी जिहड़ा हैगा एप्लीकेशन सिंगल स्टूडेंट की एप्लीकेशन लवेंगे स्पॉस केस की एप्लीकेशन एक्सैप्ट ही नहीं करनी। सो बेसिकली उत्थों की हो गया लोगों ने एक हवा फड़ लिया जी कि स्पॉस केस आस्ट्रेलिया बड़ा कॉम्प्लीकेटड हो गया, बेसिकली कॉम्प्लीकेटड नहीं होया, जिहड़ी यूनीवर्सिटी ने स्पॉस केस नहीं लेना वो प्लस टू नाल भी नहीं लूगी, ग्रैजुएशन नाल भी नहीं लूगी, मास्टर नाल भी नहीं लूगी, जिन्हें लेना है वो प्लस टू नाल भी ले रहा है वो ग्रैजुएशन नाल भी ले रहा है, उन्होंने कोई मतलब नहीं कि तुहाडा पुराना ब्याह है या नवा ब्याह है, तुसी हिंदू मैरिज एक्ट च कराइए सिख मैरिज एक्ट जो हाले अमेंडमेंट चल रही है जिंदियां, उन्होंने कोई फर्क नहीं पैंदा हैगा, शर्त इक्को
ਜ਼ਰੂਰੀ ਹੈ ਕਿ ਤੁਹਾਡੇ ਕੋਲ ਮੈਰਿਜ ਸਰਟੀਫਿਕੇਟ ਹੋਣਾ ਚਾਹੀਦਾ ਰਜਿਸਟਰਡ ਇੰਡੀਅਨ ਗਵਰਨਮੈਂਟ ਦਾ, ਬਸ ਇੰਨੀ ਕੁ ਸ਼ਰਤ ਹੈਗੀ ਹੈ ਜੋ ਆਪਾਂ ਨੂੰ ਤਹਿਸੀਲਦਾਰ ਆਫਿਸ ਤੋਂ ਮਿਲਦਾ, ਸਿਰਫ ਇੰਨੀ ਕੁ ਸ਼ਰਤ ਹੈ 12ਵੀਂ ਜਮਾਤ 'ਚੋਂ ਵਿਆਹ ਕਰਾਇਆ, ਜਾਂ ਤੁਸੀਂ ਗ੍ਰੈਜੂਏਸ਼ਨ ਕਰਾ ਕੇ ਉਸ ਤੋਂ ਬਾਅਦ ਤੁਹਾਡਾ ਵਿਆਹ ਨਵਾਂ ਹੈਗਾ, ਜਾਂ ਤੁਸੀਂ ਕੱਲ੍ਹ ਰਜਿਸਟਰਡ ਕਰਾਈ ਹੈ ਜਾਂ ਕਿਸੇ ਹੋਰ ਐਕਟ 'ਚ ਹੋ ਗਈ ਹੈ, ਇਹ ਕੋਈ ਮੈਟਰ ਨਹੀਂ ਕਰਦਾ ਜੀ। ਮੈਟਰ ਸਿਰਫ ਇੱਕ ਚੀਜ਼ ਕਰਦੀ ਹੈ, ਤੁਹਾਡਾ ਵਿਆਹ ਜੈਨੂਅਨ ਹੈ, ਕੰਟਰੈਕਟ ਕਰਾਉਣ ਦੀ ਬਜਾਏ ਜੈਨੂਅਨ ਵਿਆਹ ਕਰਕੇ ਆਪਣਾ ਜਿਹੜਾ ਜੈਨੂਅਨ ਮੈਰਿਜ ਰਜਿਸਟਰਡ ਸਰਟੀਫਿਕੇਟ ਹੈ ਉਹ ਸਪਲਾਈ ਕਰੋ ਐਪਲੀਕੇਸ਼ਨ ਦੇ ਅੰਦਰ, ਡੈਫੀਨੇਟਲੀ ਤੁਹਾਡਾ ਵੀਜ਼ਾ, ਮੈਂ ਗਰੰਟੀ ਲੈਣਾ ਇਸ ਚੀਜ਼ ਦੀ, ਕੋਈ ਵੀ ਬੰਦਾ ਔਨ ਏਅਰ ਨਹੀਂ ਕਹਿੰਦਾ ਮੈਨੂੰ ਜੈਨੂਅਨ ਮੈਰਿਜ, ਸਾਡੇ ਪੰਜ ਬੈਂਡ, ਪਲੱਸ ਟੂ ਪਾਸ ਔਰ ਪਲੱਸ 50% ਨੰਬਰ, 2014-15 ਤੱਕ ਦੇ ਮੈਨੂੰ ਜਿਹੜੇ ਹੈਗੇ ਪਲੱਸ ਟੂ ਵਾਲੇ ਐਕਸੈਪਟ ਕਰ ਲੂੰਗਾ ਮੈਂ, ਗ੍ਰੈਜੂਏਸ਼ਨ ਵਾਲਿਆਂ ਲਈ ਮੈਂ ਓਪਨਲੀ ਕਹਿੰਦਾ ਕਿ ਮੈਨੂੰ 7-8-10 ਸਾਲ ਤੱਕ ਦਾ ਗੈਪ ਦੇ ਦਿਓ, ਕੋਈ ਦਿੱਕਤ ਨਹੀਂ ਹੈ। ਜਿਹੜੇ ਆਗੇ GNM ਵਾਲੇ ਹੈਗੇ ਹੈ ਪਲੱਸ ਜਿਨ੍ਹਾਂ ਦੀ BCOM ਕੀਤੀ ਹੋਈ ਹੈ ਇੱਥੇ ਇੰਡੀਆ ਦੇ ਅੰਦਰ, ਅੱਗੇ MPA ਜਿਹੜੀ ਮੈਂ ਕੋਰਸ ਦੱਸ ਰਿਹਾ ਮਾਸਟਰ ਪ੍ਰੋਫੈਸ਼ਨਲ ਅਕਾਊਂਟਿੰਗ, ਮੋਸਟ ਵੈਲਕਮ ਹੈ ਜੀ, ਖੁੱਲ੍ਹਾ ਸੱਦਾ ਦਿੰਦਾ। ਕੋਈ ਵੀ ਕਹਿੰਦੇ ਹੈ ਕਿ ਅਸੀਂ ਜਿਹੜਾ ਹੈਗਾ ਮਾਰਕੀਟਿੰਗ ਦਾ ਅਲੱਗ ਅਲੱਗ, ਮੇਰਾ ਕੋਈ ਵੇ ਨਹੀਂ ਹੈ ਅਲੱਗ ਮਾਰਕੀਟਿੰਗ ਦਾ, ਮੈਂ ਓਪਨਲੀ ਕਹਿ ਰਿਹਾ ਕਿ ਮੇਰੇ ਕੋਲ ਸਾਡੇ ਮੇਰੀ ਬੇਸਿਕ ਐਲੀਜੀਬਿਲਟੀ 5.5 ਬੈਂਡ, ਪਲੱਸ ਟੂ ਪਾਸ ਆਊਟ ਹੋਣੇ ਚਾਹੀਦੇ ਹੋ, 2015-16 ਤੋਂ ਉੱਪਰ ਹੋ, 17 ਹੋਵੇ, ਜਿੰਨਾ ਅਗਰ 18 ਦਾ ਹੁੰਦਾ ਤਾਂ ਬੈਟਰ ਹੋਊਗਾ, 50% ਨੰਬਰ, ਆਹ ਮੇਰੀ ਬੇਸਿਕ ਐਲੀਜੀਬਿਲਟੀ ਹੈਗੀ ਹੈ, ਮੈਂ ਵੀਜ਼ਾ ਕਢਾ ਕੇ ਦਊਂਗਾ, ਮੈਂ ਗਰੰਟੀ ਲੈਂਦਾ ਇਸ ਚੀਜ਼ ਦੀ ਜੀ। ਸੋ 90-164 90-164 ਨੰਬਰ, ਬਟ ਇੱਥੇ ਥੋੜ੍ਹੀ ਜਿਹੀ ਮਿਲੀ ਜੀ ਇੱਕ ਬੜੀ ਜਿਹੜੀ ਨਾ ਟੈਕਨੀਕਲ ਦਿੱਕਤ ਆਉਂਦੀ ਹੈ ਬੱਚਿਆਂ 'ਚੋਂ, ਉਹ ਜ਼ਰੂਰ ਮੈਂ ਓਪਨਲੀ ਕਹਿੰਦਾ ਕਿ ਲੋਕ ਅੱਜ ਕੱਲ੍ਹ ਨਾ ਇੱਕ ਰੱਟ ਫੜੀ ਹੋਈ ਹੈ ਕਿ ਫੀਸ ਆਫਟਰ ਵੀਜ਼ਾ ਅਤੇ ਪਲੱਸ ਸਾਡਾ ਫਟਾਫਟ ਕੰਮ ਹੋ ਜਾਏ, ਇਹ ਦੋ ਚੀਜ਼ਾਂ ਲਈ ਮੈਂ ਹੱਥ ਜੋੜਦਾ, ਕਿਉਂਕਿ ਆਪਾਂ ਵੀਜ਼ਾ ਲੈਣਾ, ਵੀਜ਼ੇ ਦਾ ਕੰਮ ਕਰਨਾ ਆਪਾਂ, ਕੋਈ ਜਲੰਧਰ ਦੀ ਬੱਸ ਨਹੀਂ ਫੜਨੀ ਵੀ ਹਾਂ ਟਿਕਟ ਦਿੱਤਾ ਅਤੇ ਪਹੁੰਚ ਗਈ ਘੰਟੇ ਦੇ ਅੰਦਰ, ਮਹੀਨਾ ਲੱਗ ਜਾਂਦਾ, 2 ਮਹੀਨੇ ਵੀ ਲੱਗ ਜਾਂਦੇ, 3 ਵੀ ਲੱਗ ਜਾਂਦੇ, 4 ਵੀ ਲੱਗ ਸਕਦੇ ਹੈ, ਸਮੇਂ ਦਾ ਇੱਕ ਜੇਰਾ ਬੰਦਾ ਮੇਰੇ ਕੋਲ ਆਉਣਾ ਤਾਂ ਸਮੇਂ ਦਾ ਟੈਕਟ ਜ਼ਰੂਰ ਕੱਢ ਕੇ ਆਏ ਕਿ ਹਾਂ ਸਾਡਾ 3 ਮਹੀਨੇ 3.5 ਮਹੀਨੇ 'ਚ ਕੰਮ ਬਣੂਗਾ, ਉਸ ਤੋਂ ਪਹਿਲੇ ਨਹੀਂ ਬਣੂਗਾ। ਦੂਜੀ ਗੱਲ ਇਹ ਜਿਹੜੀ ਹੈਗੀ ਹੈ ਫੀਸ ਵਾਲੀ, ਕਿ ਫੀਸ ਪਹਿਲੇ ਵੀ ਭਰਨੀ ਪੈ ਸਕਦੀ ਹੈ, ਬਾਅਦ ਵਾਲੀ ਆਪਸ਼ਨ ਹੋਈ ਤਾਂ ਜ਼ਰੂਰ ਦੇਵਾਂਗੇ। ਸੋ 2 ਸਵਾਲ ਛੋਟੇ ਛੋਟੇ ਪੁੱਛਣਾ ਚਾਹਾਂਗਾ, ਕਰੀਬ 3-4 ਮਿੰਟ ਦਾ ਸਮਾਂ ਬਚਿਆ। ਸਵਾਲ ਪਹਿਲਾਂ ਇਹ ਕਿ ਫੰਡਾਂ ਨੂੰ ਲੈ ਕੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਨੇ, ਕੋਈ ਲੋਕ ਕਹਿ ਰਹੇ ਨੇ ਫੰਡ ਚਾਹੀਦੇ ਨੇ, ਕੋਈ ਕਹਿ ਰਹੇ ਕਿ ਅਸੈਸਮੈਂਟ ਲੈਵਲ 1 'ਚ ਫੰਡ ਨਹੀਂ ਚਾਹੀਦੇ, 2 ਜਾਂ 3 'ਚ ਚਾਹੀਦੇ ਹੁੰਦੇ ਨੇ। ਸੋ ਬੱਚੇ ਨੂੰ ਨਹੀਂ ਪਤਾ ਲੱਗਦਾ ਕਿ ਉਹਨੂੰ ਅਸੈਸਮੈਂਟ ਲੈਵਲ 1 'ਚ ਪਾਇਆ ਜਾਂਦਾ ਜਾਂ 2 'ਚ ਪਾਇਆ ਜਾਂਦਾ ਜਾਂ 3 'ਚ ਪਾਇਆ ਜਾਂਦਾ, ਬਟ ਫੰਡਾਂ ਦੇ ਨਾਮ 'ਤੇ ਪੈਸੇ ਲੈ ਲਏ ਜਾਂਦੇ ਜੀ। ਪਹਿਲਾ ਸਵਾਲ ਬਿਲਕੁਲ। ਦੂਸਰਾ ਸਵਾਲ ਜਿਵੇਂ ਪ੍ਰੋਗਰਾਮ ਦੇ ਆਗਾਜ਼ ਵਿੱਚ ਕਿਹਾ ਸੀ ਕਿ ਤੁਸੀਂ ਵਿਦਆਊਟ ਆਈਲੈਟਸ ਵੀ ਵੀਜ਼ੇ ਲਵਾਉਂਦੇ ਜੀ, ਸੋ ਇਹ 2 ਸਵਾਲਾਂ ਜਵਾਬ ਦੇਣਾ ਚਾਹੁੰਦਾ। ਦੇਖੋ, ਆਸਟ੍ਰੇਲੀਆ ਦਾ ਜਿਹੜਾ ਵਿਦਆਊਟ ਆਈਲੈਟਸ ਹੈ, ਮੈਂ ਓਪਨਲੀ ਦੱਸ ਦਿੰਦਾ, ਇੰਡੀਆ 'ਚ ਆਪਣੇ ਜਿਹੜੇ ਪੰਜਾਬ ਦੇ ਅੰਦਰ ਇੱਥੇ ਨੌਰਥ ਇੰਡੀਆ 'ਚ 4 ਯੂਨੀਵਰਸਿਟੀਜ਼ ਹੈ, ਅਗਰ ਤੁਸੀਂ ਉਹਨਾਂ ਤੋਂ ਪੜ੍ਹੇ ਹੋ ਵਿਦਆਊਟ ਆਈਲੈਟਸ, ਤੁਹਾਡਾ ਬਿਨਾਂ ਆਈਲੈਟਸ ਤੋਂ ਵੀਜ਼ਾ ਲੱਗੇਗਾ। GNDU ਯੂਨੀਵਰਸਿਟੀ, ਕੁਰੂਕਸ਼ੇਤਰ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਅਗਰ ਇਹ 4 ਯੂਨੀਵਰਸਿਟੀਆਂ ਤੋਂ ਪੜ੍ਹੇ ਹੋ ਤੁਸੀਂ, ਗ੍ਰੈਜੂਏਸ਼ਨ ਜਿਹੜੀ ਕੀਤੀ ਹੋਈ ਹੈ, 50% ਜਾਂ 40% ਤੁਹਾਡੇ ਇੰਗਲਿਸ਼ 'ਚ ਨੰਬਰ ਹੈਗੇ ਹੈ, ਵਿਦਆਊਟ ਆਈਲੈਟਸ ਆਸਟ੍ਰੇਲੀਆ ਦਾ ਵੀਜ਼ਾ ਲੱਗ ਸਕਦਾ, ਸਪੌਸ ਹੈ, ਸਕੱਲਾ ਹੈ, ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਇਹ ਤੁਹਾਡਾ ਪਹਿਲਾ ਸਵਾਲ। ਦੂਜਾ ਜਿਹੜਾ ਹੈਗਾ ਜੀ, ਸੋਰੀ, ਤੁਹਾਡਾ ਫੰਡਾਂ ਦਾ ਸੀਗਾ ਜੀ। ਫੰਡਾਂ ਦਾ ਦੇਖੋ ਇਹ ਹੈਗਾ ਮਨੀਸ਼ ਜੀ, ਕਿ ਫੰਡ ਅਸੈਸਮੈਂਟ ਲੈਵਲ 1 ਜਿਹੜੀ ਯੂਨੀਵਰਸਿਟੀ ਹੈਗੀ ਹੈ, ਕੈਟਾਗਰੀ 1, ਉਹਦੇ ਅੰਦਰ ਫੰਡ ਦੀ ਜ਼ਰੂਰਤ ਨਹੀਂ ਹੈਗੀ। ਬਟ ਅਗਰ ਅਸੈਸਮੈਂਟ ਲੈਵਲ 2 ਦੀ ਗੱਲ ਕਰ ਰਹੀ ਹੈ, ਅਸੈਸਮੈਂਟ ਲੈਵਲ 2 ਦੀ ਕੁਝ ਯੂਨੀਵਰਸਿਟੀਜ਼ ਐਸੀਆਂ ਹੈ ਜਿਹੜੀਆਂ ਆਫਰ ਲੈਟਰ ਵੇਲੇ ਫੰਡ ਮੰਗਦੀਆਂ, ਬਟ ਵੀਜ਼ੇ ਲਈ ਉਹਨਾਂ ਦੇ ਹਾਈ ਕਮਿਸ਼ਨ ਦੇ ਅੰਦਰ ਫੰਡ ਨਹੀਂ ਚਾਹੀਦੇ ਹੁੰਦੇ। ਬਟ ਅਗਰ ਆਪਾਂ ਸਿਆਣਪ ਦੇਖੀਏ ਤਾਂ ਤੁਸੀਂ ਕਿਸੇ ਤੋਂ ਫੰਡ ਸ਼ੋਅ ਕਰਾਉਣ ਦੀ ਬਜਾਏ ਆਪਣੇ ਪਰਿਵਾਰ ਤੋਂ ਜਾਂ ਕਿਸੇ ਤੋਂ ਵਿਆਜ ਲੈ ਕੇ ਆਪਣੇ ਖਾਤੇ 'ਚ ਸ਼ੋਅ ਕਰਕੇ ਤੁਸੀਂ ਜਾਓ ਅਸੈਸਮੈਂਟ ਲੈਵਲ 1 ਜਾਂ 2, ਸਾਰੇ ਪਾਸੇ ਫੰਡ ਜ਼ਰੂਰ ਸਪਲਾਈ ਕਰੋ, ਤਾਂ ਕਿ ਤੁਹਾਡੀ ਫਾਈਨੈਂਸ਼ੀਅਲ ਕਪੈਸਿਟੀ ਇੱਕ ਹਾਈ ਕਮਿਸ਼ਨ ਨੂੰ ਕਿਤੇ ਨਾ ਕਿਤੇ ਜੱਜ ਹੁੰਦੀ ਹੈ ਜੀ। ਸੋ ਫੰਡਾਂ ਨੂੰ ਲੈ ਕੇ ਬੜੀ ਕਲੀਅਰ ਜੀ ਗੱਲ ਦੱਸ ਦਿੱਤੀ ਕਿ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਤੁਸੀਂ ਫੰਡ ਪਵਾ ਸਕਦੇ ਹੋ, ਉਹ ਫੰਡ ਚੱਲਣਗੇ। 50% ਨੰਬਰ ਚਾਹੀਦੇ ਆ, 12ਵੀਂ ਪਾਸ ਬੱਚਾ ਚਾਹੀਦਾ ਜੇਕਰ ਆਸਟ੍ਰੇਲੀਆ ਅਪਲਾਈ ਕਰਨਾ ਹੈ। ਜਿਵੇਂ ਕਹਿ ਰਹੇ ਨੇ ਕਿ 4 ਐਸੀ ਮੇਜਰ ਯੂਨੀਵਰਸਿਟੀਜ਼ ਨੇ ਪੰਜਾਬ ਦੇ ਵਿੱਚ, ਹਰਿਆਣਾ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪੰਜਾਬ ਯੂਨੀਵਰਸਿਟੀ ਔਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਇਹਨਾਂ ਯੂਨੀਵਰਸਿਟੀ ਵਿੱਚ ਤੁਸੀਂ ਪੜ੍ਹੇ ਹੋਏ ਹੋ ਤਾਂ ਬਿਨਾਂ ਆਈਲੈਟਸ ਵੀ ਤੁਸੀਂ ਆਸਟ੍ਰੇਲੀਆ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ, ਆਸਟ੍ਰੇਲੀਆ ਦਾ ਵੀਜ਼ਾ ਹਾਸਲ ਕਰ ਸਕਦੇ ਹੋ। ਸਪਾਊਸ ਦੀ ਗੱਲ ਕਰ ਲਈਏ ਤਾਂ ਸਪਾਊਸ ਵੀਜ਼ੇ ਤੁਸੀਂ ਅਪਲਾਈ ਕਰ ਸਕਦੇ ਹੋ, ਚਾਹੇ ਤੁਸੀਂ 12ਵੀਂ ਪਾਸ ਹੋ, ਚਾਹੇ ਤੁਸੀਂ ਗ੍ਰੈਜੂਏਟ ਹੋ। ਅਗਰ ਆਈਲੈਟਸ ਤੋਂ ਬੈਂਡ ਘੱਟ ਆ, ਬਿਨਾਂ ਆਈਲੈਟ ਜਾਣਾ ਚਾਹੁੰਦੇ ਹੋ, ਤੁਸੀਂ ਗ੍ਰੈਜੂਏਟ ਹੋਣੇ ਚਾਹੀਦੇ ਹੋ, ਗ੍ਰੈਜੂਏਟ ਬੱਚੇ ਬਿਨਾਂ ਆਈਲੈਟਸ ਅਪਲਾਈ ਕਰ ਸਕਦੇ। ਸੋ ਬਾਟੇ ਸਾਹਿਬ, ਇੱਥੇ ਇੱਕ ਸਵਾਲ ਹੋਰ ਆ ਗਿਆ ਦਿਮਾਗ ਦੇ ਵਿੱਚ, ਗ੍ਰੈਜੂਏਟ ਬੱਚੇ ਵਿਦਆਊਟ ਆਈਲੈਟਸ 4 ਯੂਨੀਵਰਸਿਟੀਆਂ ਜਿਹੜੇ ਪੜ੍ਹੇ ਨੇ, ਪੰਜਾਬ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਹਰਿਆਣਾ ਯੂਨੀਵਰਸਿਟੀ ਜਾਂ ਫਿਰ ਗੁਰੂ ਨਾਨਕ ਦੇਵ ਯੂਨੀਵਰਸਿਟੀ, ਜੇ ਬੱਚਾ 12ਵੀਂ ਪਾਸ ਆ, ਕਿ 12ਵੀਂ ਪਾਸ ਹੀ ਵਿਦਆਊਟ ਆਈਲੈਟਸ ਅਪਲਾਈ ਕਰਨੇ? ਦੇਖੋ, ਇਸ ਚੀਜ਼ ਨੂੰ ਮੈਂ ਓਪਨਲੀ ਨਹੀਂ ਦੱਸੂੰਗਾ, ਕਿਉਂਕਿ ਇਹ ਗੱਲ ਆ ਜਾਂਦੀ ਹੈ ਸਾਰੀ ਮੇਰੀ ਕਿਤੇ ਨਾ ਕਿਤੇ ਪ੍ਰਾਈਵੇਸੀ ਰਿਵੀਲ ਹੁੰਦੀ ਹੈ ਕੰਪਨੀ ਦੀ। ਓਪਨਲੀ ਇੱਕ ਗੱਲ ਜ਼ਰੂਰ ਦੱਸ ਦਿੰਦਾ ਕਿ ਪਲੱਸ ਟੂ ਵਾਲਿਆਂ ਲਈ ਵੀ ਵਿਦਆਊਟ ਆਈਲੈਟਸ ਆਸਟ੍ਰੇਲੀਆ ਹੈ, ਬਟ ਮੇਰੀ ਇੰਨੀ ਕੁ ਬੇਨਤੀ ਹੈ ਵੀ ਮੈਂ ਉਹ ਜੋ ਵੀ ਬੰਦਾ ਕੇਸ ਕਰਾਉਣਾ ਚਾਹੁੰਦਾ ਪਰਸਨਲੀ ਆਫਿਸ ਜ਼ਰੂਰ ਆਉਣਾ ਪਏਗਾ, ਕੋਈ ਕਿ ਫੋਨ 'ਤੇ ਹੀ ਦੱਸ ਦਿਓ ਜੀ
ਸੋ ਜੇਕਰ ਬੱਚਾ ਖੁਦ ਨਾ ਖਾਸਤਾ ਆਸਟ੍ਰੇਲੀਆ ਤੋਂ ਰਿਫਿਊਜ਼ ਹੋ ਚੁੱਕਾ ਹੈ ਜੀ, ਦੇਖੋ ਆਸਟ੍ਰੇਲੀਆ ਅਗਰ ਰਿਫਿਊਜ਼ਲ ਕੋਈ ਇੱਦਾਂ ਦੀ ਚੀਜ਼ ਨਹੀਂ ਹੈ, ਕੋਈ ਰਿਫਿਊਜ਼ਲ ਤੋਹਮਤ ਨਹੀਂ ਹੈ ਵੀ ਤੁਸੀਂ ਤੁਹਾਡੇ 'ਤੇ ਰਿਫਿਊਜ਼ਲ ਲੱਗ ਗਈ ਤਾਂ ਦੁਬਾਰਾ ਤੁਸੀਂ ਜਾ ਹੀ ਨਹੀਂ ਸਕਦੇ, ਰਿਫਿਊਜ਼ਲ ਕੇਸ ਹੋ ਜਾਂਦੇ ਹੈ, ਬਟ ਇਹ ਇੱਥੇ ਇੰਨਾ ਕੁ ਪੁਆਇੰਟ ਆਉਂਦਾ ਕਿ ਜੇ ਤਾਂ ਤੁਸੀਂ ਐਸ ਬੀ ਪੀ 'ਚ ਰਿਫਿਊਜ਼ ਹੋ, ਯਾਨੀ ਕਿ 2016 ਤੋਂ ਪਹਿਲੇ ਦੇ ਰਿਫਿਊਜ਼ ਹੋ 2017 'ਤੇ, ਤਾਂ ਤਾਂ ਕੋਈ ਦਿੱਕਤ ਨਹੀਂ ਹੈ, ਤੁਸੀਂ ਅੱਖਾਂ ਬੰਦ ਕਰਕੇ ਮੇਰੇ ਕੋਲ ਆ ਜਾਓ, ਮੈਂ ਰਿਫਿਊਜ਼ਲ ਕੇਸ ਨੂੰ ਵੀ ਕਰਾ ਦਾਂਗਾ। ਬਟ ਅਗਰ ਅੰਡਰ ਐਸ ਐਸ ਬੀ ਐਫ ਦੇ ਅੰਦਰ ਰਿਫਿਊਜ਼ ਹੋ, ਸਬ ਕਲਾਸ 500 ਦੇ ਅੰਦਰ, ਫਿਰ ਮੈਨੂੰ ਇੱਕ ਵਾਰ ਤੁਹਾਡਾ ਰਿਫਿਊਜ਼ਲ ਲੈਟਰ ਪ੍ਰੋਪਰ ਪੜ੍ਹਨਾ ਪੈਣਾ, ਉਹ ਲਾਅ ਪੜ੍ਹਨਾ ਪੈਣਾ, ਐਕਟ ਪੜ੍ਹਨਾ ਪੈਣਾ, ਕਿਆ ਉਸ ਕੇਸ ਨੂੰ ਮੈਂ ਦੁਬਾਰਾ ਲਗਾ ਸਕਦਾ ਕਿ ਨਹੀਂ ਲਗਾ ਸਕਦਾ, ਕਿਉਂਕਿ ਬਿਨਾਂ ਪੜ੍ਹੇ ਉਹਨੂੰ ਲਗਾਊਂਗਾ ਤਾਂ ਕਿਤੇ ਨਾ ਕਿਤੇ ਇਹ ਵੀ ਡਰ ਰਹਿੰਦਾ ਕਿ ਬੱਚੇ ਨੂੰ ਬੈਨ ਵੀ ਕੀਤਾ ਜਾ ਸਕਦਾ। ਸੋ ਇੱਥੇ ਥੋੜ੍ਹਾ ਜਿਹਾ ਜਿਹੜੀ ਹੈਗੀ ਉਹਨੂੰ ਮਹਾਰਤ ਦੀ ਜ਼ਰੂਰਤ ਹੈ, ਧਿਆਨ ਨਾਲ ਪੜ੍ਹ ਕੇ ਐਪਲੀਕੇਸ਼ਨ ਨੂੰ ਕਰੂੰਗਾ ਤਾਂ ਵੀਜ਼ਾ ਜ਼ਰੂਰ ਮਿਲ ਜਾਏਗਾ। ਸੋ ਅਗਲੇ ਇਨਟੇਕ ਬੱਚਾ ਕਿਹੜਾ ਅਪਲਾਈ ਕਰ ਸਕਦਾ? ਆਸਟ੍ਰੇਲੀਆ ਦੇ ਅੰਦਰ ਇੱਕ ਮਹੀਨਾ ਛੱਡ ਕੇ ਇੱਕ ਅਗਲੇ ਮਹੀਨੇ ਦੇ ਅੰਦਰ ਇਨਟੇਕ ਹੁੰਦੇ ਆ ਜੀ, ਕਿਉਂਕਿ ਕੁਝ ਕਾਲਜ ਅਜਿਹੇ ਨੇ ਜਿਹੜੇ ਬੈਚਲਰ ਡਿਗਰੀ ਅਤੇ ਮਾਸਟਰ ਡਿਗਰੀ ਵੀ ਪ੍ਰੋਵਾਈਡ ਕਰ ਰਹੇ ਨੇ ਬੱਚਿਆਂ ਨੂੰ। ਸੋ ਇਨਟੇਕ ਦੀ ਆਸਟ੍ਰੇਲੀਆ ਦੇ ਅੰਦਰ ਕੋਈ ਦਿੱਕਤ ਨਹੀਂ ਹੈ, ਇੱਕ ਮਹੀਨਾ ਛੱਡ ਕੇ ਇੱਕ ਮਹੀਨੇ ਦੇ ਬਾਅਦ ਇਨਟੇਕ ਹੁੰਦਾ ਉੱਥੇ ਜੀ। ਸੋ ਆਸਟ੍ਰੇਲੀਆ ਲੈ ਕੇ ਬਹੁਤ ਸਾਰੀ ਚਰਚਾ ਕਰਨ ਦੀ ਕੋਸ਼ਿਸ਼ ਕੀਤੀ ਕਿ ਬੱਚੇ ਬੱਚੇ ਦੀ ਐਲੀਜੀਬਿਲਟੀ ਤੋਂ ਸ਼ੁਰੂ ਕੀਤਾ ਕਿ ਬੱਚੇ ਐਲੀਜੀਬਿਲਟੀ ਕੀ, ਐਲੀਜੀਬਿਲਟੀ ਕੀ ਬਣਦੀ ਹੈ? 12ਵੀਂ ਪਾਸ ਬੱਚਾ 5.5 ਬੈਂਡ, ਔਰ ਸਤਬੀਰ ਜੀ ਅਨੁਸਾਰ ਬੱਚਾ 16, 17, 18 ਪਾਸ ਹੋਵੇ, 19 ਪਾਸ ਹੋਵੇ ਚੱਲੇਗਾ, 50% ਨੰਬਰਾਂ ਦੇ ਨਾਲ 5.5 ਬੈਂਡ ਦੇ ਨਾਲ। ਸਪਾਊਸ ਦੀ ਗੱਲ ਕਰ ਲਈਏ ਤਾਂ 12ਵੀਂ ਪਾਸ ਸਪਾਊਸ ਵੀ ਜਾ ਸਕਦਾ ਜਿਵੇਂ ਇਹ ਕਹਿ ਰਹੇ ਨੇ, ਔਰ ਗ੍ਰੈਜੂਏਟ ਬੱਚਾ ਹੈ ਉਹ ਵੀ ਆਪਣੇ ਸਪਾਊਸ ਨੂੰ ਲੈ ਕੇ ਜਾ ਸਕਦਾ। ਫੀਸ ਆਫਟਰ ਵੀਜ਼ਾ ਦੀ ਗੱਲ ਕਰ ਲਈਏ ਤਾਂ ਫੀਸ ਆਫਟਰ ਵੀਜ਼ਾ ਬਹੁਤ ਸਾਰੇ ਕਾਲਜ ਯੂਨੀਵਰਸਿਟੀਆਂ ਵਿੱਚ ਹੁੰਦੀ ਹੈ, ਫੀਸ ਆਫਟਰ ਵੀਜ਼ਾ ਦੇਣੀ ਹੈ ਉਹਦੇ ਲਈ ਵੱਖਰੀਆਂ ਆਪਸ਼ਨਸ ਨੇ। ਅਗਰ ਫੀਸ ਬਿਫੋਰ ਵੀਜ਼ਾ ਜਾਂਦੀ ਹੈ ਕਿਸੇ ਯੂਨੀਵਰਸਿਟੀ ਦੀ, ਯੂਨੀਵਰਸਿਟੀ ਡਿਮਾਂਡ ਕਰਦੀ ਹੈ, ਤੁਹਾਡੀ ਐਲੀਜੀਬਿਲਟੀ ਉਸੇ ਯੂਨੀਵਰਸਿਟੀ ਬਣਦੀ ਹੈ, ਤਾਂ ਫੀਸ ਬਿਫੋਰ ਵੀਜ਼ਾ ਵੀ ਦੇਣੀ ਪੈ ਸਕਦੀ ਹੈ। ਫੰਡਸ ਦੇ ਨਾਮ 'ਤੇ ਗੱਲ ਕਰ ਲਈ, ਅਸੈਸਮੈਂਟ ਲੈਵਲ 1 ਦੀ ਯੂਨੀਵਰਸਿਟੀਆਂ ਫੰਡਸ ਨਹੀਂ ਮੰਗਦੀਆਂ, ਜਿਵੇਂ ਭਾਟੇ ਸਤਵੀਰ ਜੀ ਨੇ ਦੱਸਿਆ ਕਿ ਕੁਛ ਇੱਕ ਯੂਨੀਵਰਸਿਟੀਆਂ ਕਾਲਜ ਫੰਡ ਮੰਗਦੀਆਂ, ਬਟ ਐਮਬੈਸੀ ਫੰਡ ਕੁਛ ਕੇਸਿਸ ਦੇ ਵਿੱਚ ਨਹੀਂ ਮੰਗਦੀ। ਸੋ ਜੇਕਰ ਤੁਹਾਨੂੰ ਕੋਈ ਫੰਡ ਕਹਿੰਦਾ ਹੈ ਕਿ ਚਾਹੀਦੇ ਹੈ ਤਾਂ ਗੱਲ ਮੰਨਣੀ ਪੈਣੀ ਹੈ, ਜੇ ਦੂਜਾ ਕੰਸਲਟ ਕਹਿੰਦਾ ਫੰਡ ਤੋਂ ਬਿਨਾਂ ਹੋ ਸਕਦਾ ਤਾਂ ਉਹਦੀ ਗੱਲ ਵੀ ਆਪਾਂ ਨਕਾਰ ਨਹੀਂ ਸਕਦੇ। ਡਿਪੈਂਡ ਕਰਦਾ ਤੁਹਾਡੇ ਪ੍ਰੋਫਾਈਲ 'ਤੇ ਉਹ ਕਿਹੜੀ ਯੂਨੀਵਰਸਿਟੀ 'ਚ ਅਪਲਾਈ ਕਰਦੇ ਹੋ। ਵਿਦਆਊਟ ਆਈਲੈਟਸ ਯੈਸ ਅਨੁਸਾਰ ਇਹਨਾਂ ਦੇ ਪੋਸੀਬਲ ਹੈਗਾ, ਤੁਸੀਂ ਜਾ ਸਕਦੇ ਹੋ, ਪਰ ਕੇਸ ਟੂ ਕੇਸ ਵੇਰੀ ਕਰਦਾ, ਇਹਨਾਂ ਦੇ ਆਫਿਸਿਸ ਵਿੱਚ ਆ ਕੇ ਆਪਣਾ ਕੇਸ ਡਿਸਕਸ ਕਰਨਾ ਪਵੇਗਾ। ਸੋ ਸਤਵੀਰ ਜੀ ਮੈਸੇਜ ਕੀ ਦੇਣਾ ਚਾਹੋਗੇ? ਮੈਸੇਜ ਸਿਰਫ ਮੇਰਾ ਇੰਨਾ ਕਿ ਜੀ ਆਸਟ੍ਰੇਲੀਆ ਇੱਕ ਐਸੀ ਡੈਸਟੀਨੇਸ਼ਨ ਹੈ ਜੋ ਕੈਨੇਡਾ ਤੋਂ ਬਾਅਦ ਆਉਂਦੀ ਹੈ, ਯਾਨੀ ਕਿ ਜਦੋਂ ਬੱਚਾ ਕੈਨੇਡਾ ਨਹੀਂ ਜਾ ਪਾਉਂਦਾ ਤਾਂ ਆਸਟ੍ਰੇਲੀਆ ਦੀ ਟਰਾਈ ਕਰਦਾ। ਬਟ ਅਗਰ ਆਪਾਂ ਧਿਆਨ ਨਾਲ ਦੇਖੀਏ ਅੱਜ ਦੀ ਤਰੀਕ 'ਚ ਕਮਾਈ ਜਾਂ ਸੈਟਲ ਹੋਣਾ ਠੀਕ ਤਰੀਕੇ ਇਨਵਾਇਰਮੈਂਟ ਦੇਖੀਏ ਤਾਂ ਆਸਟ੍ਰੇਲੀਆ ਕੋਈ ਮਾੜਾ ਦੇਸ਼ ਨਹੀਂ ਹੈ। ਪਲੱਸ ਇਹਦੇ 'ਚ ਇੰਨਾ ਕੁ ਬੈਨੀਫਿਟ ਹੈ, ਵਿਦਆਊਟ ਆਈਲੈਟਸ ਜਾ ਸਕਦੇ ਹੋ, 5.5 ਬੈਂਡ ਨੇ ਤਾਂ ਵੀ ਜਾ ਸਕਦੇ ਹੋ, 5 ਬੈਂਡ ਨੇ ਤਾਂ ਵੀ ਜਾ ਸਕਦੇ ਹੋ। ਅਗਰ ਸਪਾਊਸ ਕੇਸ ਹੈ ਤੁਹਾਡਾ, ਮੀਆਂ ਬੀਬੀ ਇਕੱਠੇ ਜਾਣਾ ਚਾਹੁੰਦੇ ਹੈ, ਆਸਟ੍ਰੇਲੀਆ ਹੀ ਇੱਕ ਐਸਾ ਦੇਸ਼ ਹੈਗਾ ਜਿਹੜਾ ਅੱਜ ਦੀ ਤਰੀਕ 'ਚ, ਮੈਂ ਇਹ ਨਹੀਂ ਕਹਿ ਰਿਹਾ ਯੂਕੇ ਨਹੀਂ ਹੁੰਦਾ, ਯੂਕੇ ਵੀ ਹੁੰਦਾ, ਬਟ ਅਗਰ ਕਮਾਈ ਦਾ ਜ਼ਰੀਆ ਲਗਾਈਏ ਅਤੇ ਪਲੱਸ ਆਪਾਂ ਅੱਗੇ ਸੈਟਲ ਦੀ ਦੇਖੀਏ ਆਪਾਂ, ਜਾਂ ਆਸਟ੍ਰੇਲੀਆ ਦਾ ਆਪਾਂ ਕਿਤੇ ਨਾ ਕਿਤੇ ਆਪਾਂ ਫਿਊਚਰ ਦੇਖੀਏ ਤਾਂ ਆਸਟ੍ਰੇਲੀਆ ਦੇ ਫਿਊਚਰ ਬ੍ਰਾਈਟ ਹੈ, ਕਿਉਂਕਿ ਉਹਦੇ ਜਿਹੜੀ ਮੈਂ ਪਹਿਲੇ ਸ਼ੋਅ ਦੇ ਸ਼ੁਰੂਆਤ 'ਚ ਦੱਸਿਆ ਵੀ ਹਲੇ ਬਹੁਤ ਘੱਟ ਏਰੀਆ ਬਸਿਆ ਹੋਇਆ ਆਸਟ੍ਰੇਲੀਆ ਦਾ, ਇਸ ਕਰਕੇ ਉਹ ਗਰੋ ਜ਼ਰੂਰ ਕਰੂਗਾ। ਸੋ ਸਪਾਊਸ ਕੇਸ ਦਾ ਸਭ ਤੋਂ ਵੱਡਾ ਬੈਨੀਫਿਟ ਹੈ 5.5 ਬੈਂਡ, ਪਲੱਸ 2 ਪਾਸ, 50% ਨੰਬਰ ਜਾਂ ਵਿਦਆਊਟ ਆਇਲਸ, ਮੋਸਟ ਵੈਲਕਮ ਹੈ ਜੀ, ਆ ਜਾਓ, ਵੀਜ਼ਾ ਕਰਾ ਕੇ ਦਊਗਾ ਜੀ। ਸੋ 90164 90164 ਨੰਬਰ 'ਤੇ ਕਾਲ ਕਰ ਸਕਦੇ ਹੋ, ਫਿਲਹਾਲ ਜਾ ਚਾਹੁੰਦੇ ਹਾਂ। ਸਤਬੀਰ ਜੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ।